ਕੋਈ ਉਹਦੇ ਬਾਰੇ ਤੁਸੀਂ ਦੱਸੋ ਵਿਸਥਾਰ ਨਾਲ ਕੀ ਗੱਲ। ਦੇਖੋ ਜਿਹੜੀ ਅੱਜ ਸੁਬਹਾ ਸਾਰੇ ਆਗੂਆਂ ਨੂੰ ਜਦੋਂ ਖਬਰ ਮਿਲੀ ਹੈ ਬਹੁਤ, ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸਾਡੇ ਲਈ ਤਾਂ ਅੱਜ ਕਾਲਾ ਦਿਨ ਹੈ, ਬਹੁਤ ਮਦਭਾਗੀ ਗੱਲ ਸੀ। ਉਹ ਸਾਡਾ ਨੌਜਵਾਨ ਹੀ ਸੀ, ਇਹ ਉਮਰ ਭਾਵਾਂ ਇਹਦੀ 52-53 ਸਾਲ ਸੀ, ਪਰ ਜਦੋਂ 13 ਫਰਵਰੀ ਤੋਂ ਲੈ ਕੇ ਲਗਾਤਾਰ ਇੱਕ ਵੀ ਦਿਨ ਗਏ ਹਾਜ਼ਰੀ ਨਹੀਂ ਸੀ। ਸਾਡਾ ਜਿਹੜਾ ਸਿਸਟਮ ਦਾ ਪਤਾ ਰਵੱਈਆ ਕਿਹੋ ਜਿਹਾ, ਇਹਨਾਂ ਦੇ ਇੱਥੇ ਇੰਤਜ਼ਾਮ ਕੁਛ ਨਹੀਂ ਕੀਤਾ, ਨਾ ਕੋਈ ਲਾਈਟ ਦਾ, ਨਾ ਪਾਣੀ ਦਾ, ਨਾ ਕੋਈ ਬਾਥਰੂਮ ਵਗੈਰਾ ਵਗੈਰਾ, ਜੋ ਪ੍ਰਬੰਧ ਕੀਤੇ ਅਸੀਂ ਆਪ ਕੀਤੇ ਆ। ਉਹਦੇ ਵਿੱਚੋਂ ਜਿਹੜਾ ਗੁਰਮੀਤ ਸਿੰਘ ਦੀ ਸੇਵਾ ਸੀ ਇੱਥੇ ਮੋਰਚੇ ਦੀ, ਭਾਵਾਂ ਲਾਈਟ ਰਾਤ ਨੂੰ 12 ਵਜੇ ਬੰਦ ਹੋ ਜਾਂਦੀ, 10 ਵਜੇ ਬੰਦ ਹੁੰਦੀ, ਜਦੋਂ ਵੀ ਕਿਤੇ ਕੋਈ ਤਾਰ ਤੋੜ ਗਿਆ, ਟਰੱਕ ਵਾਲਾ ਜਾਂ ਕਿਤੇ ਫਲਟ ਪੈ ਗਿਆ ਤਾਂ ਬਹੁਤ ਛੇਤੀ ਇਹਨੇ ਸਾਰਾ ਹੱਥਾਂ ਦੇ ਵਿੱਚ, ਇਹਨੂੰ ਪਤਾ ਸੀ ਫਲਾਨੀ ਟਰਾਲੀ ਕੋਲ ਫਲਾਨੀ ਤਾਰ ਹੈ ਤਾਂ ਬਹੁਤ ਜਿਹੜਾ ਠੀਕ ਕਰਦਾ ਸੀਗਾ। ਪਰ ਜਿਹੜਾ 5-7 ਦਿਨਾਂ ਦਾ ਜਦੋਂ ਡਲੇਵਾਲ ਸਾਹਿਬ ਨਾਲ ਗੱਲ ਕਰਨੀ, ਸਾਡੇ ਆਗੂਆਂ ਨਾਲ ਗੱਲ ਕਰਨੀ, ਸਾਡੇ ਨਾਲ ਗੱਲ ਕਰਨੀ, ਸਿਰਫ ਇਹ ਜ਼ਰੂਰ ਪੁੱਛਦਾ ਸੀਗਾ ਕਿ ਆਪਣਾ ਮੋਰਚਾ ਕਿੰਨਾ ਕੁ ਲੰਮਾ ਚੱਲੂਗਾ, ਤਾਂ ਜਿਹੜੇ ਬਿਆਨ ਆ ਰਹੇ ਨੇ ਸਰਕਾਰ ਦੇ, ਇਹਨਾਂ ਦੇ BJP ਦੇ ਅਧਿਕਾਰੀਆਂ ਦੇ, ਇਹਨਾਂ ਦੇ ਖਿਲਾਫ਼ ਆਪਾਂ ਕੋਈ ਕੋਰਟ 'ਚ ਜਾ ਸਕਦੇ ਹਾਂ, ਇਹ ਲਾਜ਼ਮੀ ਡਿਸਕਸ ਕਰਦੇ ਸੀ। ਤਾਂ ਸਾਨੂੰ ਇਹ ਲੱਗਦਾ ਕਿ ਇਸ ਦਾ ਮੌਤ ਦਾ ਕਾਰਨ BJP ਦੇ ਆਗੂ ਜਿਹੜੇ 10-15 ਛੱਡੇ ਹੋਏ ਨੇ ਸਾਡੇ ਮੋਰਚੇ ਦੇ ਖਿਲਾਫ਼, ਰੋਜ਼ ਜਿਹੜੀ ਜ਼ਹਿਰ ਘੋਲ ਰਹੇ ਨੇ, ਜਿਵੇਂ ਕੱਲ੍ਹ ਵੀ ਸਾਬਕਾ ਮੁੱਖ ਮੰਤਰੀ ਨੇ ਕਿਹਾ, ਇਵੇਂ ਕੰਗਣਾ ਨੇ ਕਿਹਾ, ਇਹਨਾਂ ਦੇ 2-4 ਹੋਰ ਮੰਤਰੀਆਂ ਨੇ ਕਿਹਾ, ਖਾਸ ਕਰਕੇ ਅਮਿਤ ਸ਼ਾਹ ਨੇ ਵੀ ਕਿਹਾ ਕਿ ਤਾਂ 500-700 ਬੰਦੇ ਨੇ, 13 ਕਰੋੜ ਲੋਕ ਤਾਂ ਸਾਡੇ ਨਾਲ ਨੇ। ਇਹ ਸਾਰੀਆਂ ਗੱਲਾਂ ਤੋਂ ਹੋ ਕੇ ਜਿਹੜਾ ਇਹਨੇ ਕਦਮ ਚੁੱਕਿਆ, ਅਸੀਂ ਕਹਿੰਦੇ ਹਾਂ ਵੀ ਸਿੱਧੀ ਦੀ ਸਿੱਧੀ ਜ਼ਿੰਮੇਵਾਰ BJP ਸਰਕਾਰ ਹੈ। ਇਸ ਪਰਿਵਾਰ ਨੂੰ ਜਿਹੜਾ ਚੜ੍ਹਦੀ ਉਮਰ ਬੱਚੇ ਹੈ ਜੇ ਸੁੱਕੇ ਆ, ਘਾਟਾ ਪਿਆ। ਮੈਂ ਖਾਸ ਕਰਕੇ ਕਹਿੰਦਾ ਵੀ ਸਾਡੇ ਅੰਦੋਲਨ ਨੂੰ ਜਿਹੜਾ ਅੱਜ ਸਿਖਰਾਂ 'ਤੇ ਹੈ, ਇਹ ਬਹੁਤ ਵੱਡਾ ਘਾਟਾ ਪੂਰੇ ਦੇਸ਼ ਦੀ ਕਿਸਾਨੀ ਨੂੰ, ਅਤੇ ਸਾਨੂੰ ਤਾਂ ਪੈਣਾ ਹੀ, ਪਰਿਵਾਰ ਨੂੰ ਪੈਣਾ ਹੀ ਪੈਣਾ, ਇਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ। ਪਰ ਮੌਕੇ ਦੀਆਂ ਸਰਕਾਰਾਂ, ਭਾਵੇਂ ਉਹ ਪੰਜਾਬ ਸਰਕਾਰ ਹੈ, ਭਾਵੇਂ ਕੇਂਦਰ ਹੈ, ਕਿੰਨੇ ਕੁ ਸਾਡੇ ਸਿਰ ਚਾਹੀਦੇ ਨੇ, ਕਿੰਨੀਆਂ ਕੁ ਸਾਡੀਆਂ ਸਹੀਦੀਆਂ ਚਾਹੀਦੀਆਂ ਨੂੰ, ਇਹਨਾਂ ਨੂੰ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਸਾਨੂੰ ਇੰਨੇ ਕਿਸਾਨਾਂ ਦੇ ਸਿਰਾਂ ਬਿਨਾਂ ਨਹੀਂ ਸਰਦਾ, ਅਸੀਂ ਤਿਆਰ ਹਾਂ। ਇਕੱਲੇ ਇਕੱਲੇ ਸਿਰ ਦੇਣ ਨਾਲੋਂ ਤਾਂ ਸਰਕਾਰ ਫੈਸਲਾ ਸੁਣਾ ਦੇ ਕਿ ਅਸੀਂ ਤੁਹਾਡੀ ਕੋਈ ਮੰਗ ਨਹੀਂ ਮੰਨਣੀ, ਕੋਈ ਤੁਹਾਡੇ ਜਿਹੜੇ ਕਰਜ਼ੇ ਤੋਂ ਪੀੜਤ ਹੈ ਕਰਜ਼ਾ ਨਹੀਂ ਖਤਮ ਕਰਨਾ, ਸਾਡਾ ਤਾਂ ਇਹ ਰਵੱਈਆ ਕਿ ਤੁਹਾਨੂੰ ਮਾਰਨਾ ਹੈ, ਫਿਰ ਅਸੀਂ ਇਕੱਲੇ ਇਕੱਲੇ ਮਰਨ ਵਾਲੋਂ ਇੱਕ ਦਿਨ ਮਰਨ ਵਾਲਾ ਜਿਹੜਾ ਰਾਹ ਹੈ ਉਸ ਇਹਨਾਂ ਦਾ ਪੂਰਾ ਕਰ ਦਈਏ। ਤਾਂ ਮੈਂ ਇਹਦੀ ਕਹਿੰਦਾ ਵੀ ਜ਼ਿੰਮੇਵਾਰ ਜਿਹੜੀ ਅੱਜ ਦੀ ਘਟਨਾ ਸਾਥੋਂ ਜਿਹੜਾ ਗੁਰਮੀਤ ਸਿੰਘ ਸਦਾ ਲਈ ਵਿਛੋੜਾ ਦੇ ਗਿਆ, ਇਹ ਨਾ ਘਾਟਾ ਹੋਣ ਵਾਲਾ, ਪਰ ਜ਼ਿੰਮੇਵਾਰ ਜਿਹੜੀਆਂ ਸਰਕਾਰਾਂ ਨੇ, ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿੰਦੇ, ਕੇਂਦਰ ਨੂੰ ਵੀ ਕਹਿੰਦੇ ਹਾਂ, ਲਾਜ਼ਮੀ ਜਿਹੜੇ ਇਹਨਾਂ ਦੇ ਬਿਆਨ ਹੈ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਜਿਹੜੀ ਪਰਿਵਾਰ ਨੂੰ ਨਾ ਘਾਟਾ ਹੋਣ ਵਾਲੇ, ਇੱਕ ਮੋਰਚੇ ਦਾ ਸ਼ਹੀਦ ਹੈ ਸਾਡਾ, ਇੱਕ ਇਕੱਲਾ ਘਰੇ ਸ਼ਹੀਦੀ ਨਹੀਂ ਪਾਈ, ਸਾਡੇ ਮੋਰਚੇ 'ਚ ਪਾਈ ਹੈ। ਸਰਕਾਰ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਅਤੇ ਤਾੜਨਾ ਵੀ ਕਰਦੇ ਹਾਂ ਕਿ ਜਿਹੜੇ ਸਾਡੇ ਮੋਰਚੇ 'ਚ ਸ਼ਹੀਦ ਹੈ ਇਹਨਾਂ ਨੂੰ ਖੁੱਲ੍ਹੀ ਦਿਲੀ ਦੇ ਨਾਲ ਦੋਸ਼ੀਆਂ 'ਤੇ ਕਾਰਵਾਈ ਕਰਕੇ ਅਤੇ ਉਸ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਹੈ ਕਿ ਜਿਹੜਾ ਸਾਡੇ ਸਮਾਜ ਦੇ ਵਿੱਚ, ਸਾਡੇ ਜ਼ਿਲ੍ਹੇ ਅਤੇ ਸਾਡੇ ਵਿਚਰ ਸਕੇ।
ਇਹ ਇਸ ਕਰਕੇ ਮੈਂ ਫਿਰ ਖੀਰ 'ਤੇ ਕਹਿਣਾ ਕਿ ਸਾਡੇ ਦੋਨੇ ਫੋਰਮ ਵੱਲੋਂ ਜਿਹੜਾ 13 ਫਰਵਰੀ ਤੋਂ ਲੈ ਕੇ ਲਗਾਤਾਰ ਮੋਰਚਾ ਚੱਲ ਰਿਹਾ, ਅੱਜ ਉਹ ਜਿਹੜਾ ਸਾਨੂੰ ਬਹੁਤ ਵੱਡਾ ਜਿਹੜਾ ਘਾਟਾ ਹੈ ਨਾ ਪੂਰਨ ਵਾਲਾ, ਉਹ ਸਾਡਾ ਜਿਹੜਾ ਸਾਥੀ ਸਾਡਾ ਭਰਾ ਸਾਡੇ ਵਿੱਚੋਂ ਜਿਹੜਾ ਗੁਰਮੀਤ ਸਿੰਘ ਗਿਆ, ਉਹਦੀ ਅਸੀਂ ਫਿਰ ਸਾਰਿਆਂ ਤੋਂ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਕੋਲ ਕਿ ਉਹਨਾਂ ਦੇ ਪਰਿਵਾਰ ਨੂੰ ਅਤੇ ਉਹਦੀ ਆਤਮਾ ਨੂੰ ਗੁਰਬਖਸ਼ ਕੇ ਇਹੀ ਅਸੀਂ ਆਸ ਦੇ ਨਾਲ ਅਤੇ ਖਾਸ ਕਰਕੇ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਕਿ ਜਿਹੜੀ ਬਿਆਨਬਾਜ਼ੀਆਂ ਤੋਂ ਤੁਸੀਂ ਜਿਹੜਾ ਆਵਾਜ਼ ਆਓ ਅਤੇ ਜਿਹੜੀਆਂ ਸਾਡੀਆਂ ਮੰਗਾਂ ਤੁਰਤੇ ਨੂੰ ਲਾਗੂ ਕਰਕੇ ਕਿਸਾਨ ਘਰਾਂ ਦੇ ਵਿੱਚ ਜਾਣ, ਨਾ ਜਿਹੜੀ ਇਕੱਲੇ ਇਕੱਲੇ ਸਾਡੀ ਸਥਿਤੀ ਹੈ ਉਹ ਰੁਕ ਸਕੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।